ਫੈਕਟ ਨਿਊਜ਼ ਤੇ ਜਿਵੇਂ ਕਿ ਤੁਹਾਨੂੰ ਹਰਪਾਲ ਦੀ ਖਬਰ ਨਕੋਦਰ ਦੀ ਦਿਖਾਈ ਜਾ ਰਹੀ ਹੈ। ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ ਬਾਏ ਦਿਨ ਵਧਦੀਆਂ ਹੀ ਜਾ ਰਹੀਆਂ। ਜਿਹੜਾ ਪੁਲਿਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਵੱਲੋਂ, ਅਤੇ ਲੋਕਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਪੁਲਿਸ ਵੱਲੋਂ ਜਿਹੜਾ ਹੈਗਾ ਲੋਕਾਂ ਦੀ ਸੁਰੱਖਿਆ ਨੂੰ ਸਹੀ ਕੀਤਾ ਜਾਵੇ। ਅਤੇ ਇਸੇ ਦੇ ਸੰਬੰਧ ਵਿੱਚ ਹੀ ਜੇਕਰ ਗੱਲ ਕਰੀਏ ਤਾਂ ਅੱਜ ਨਕੋਦਰ ਦੇ ਜਲੋਟਿਆ ਮੱਲੇ ਤੋਂ ਇਸ ਤਰ੍ਹਾਂ ਦੀ ਹੀ ਘਟਨਾ ਸਾਹਮਣੇ ਆਈ, ਜਿੱਥੇ ਕਿ ਰਜਨੀਸ਼ ਕੁਮਾਰ ਨਾਮਕ ਵਿਅਕਤੀ ਨੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜਾ ਕੀਤਾ ਅਤੇ ਕੁਝ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਅਣਪਛਾਤੇ ਆਉਂਦੇ ਹਨ ਦੋ ਜਣੇ, ਅਤੇ ਆ ਕੇ ਉਹਨਾਂ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਅਤੇ ਇਹ ਸਾਰੀ ਹੀ ਘਟਨਾ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ, ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ। ਕੈਮਰਾ ਪਰਸਨ ਦੇ ਨਾਲ ਪੁਨੀਤ ਅਰੋੜਾ, ਫੈਕਟ ਨਿਊਜ਼, ਨਕੋਦਰ। ਹਾਂਜੀ ਭਾਅ ਜੀ, ਕੀ ਨਾਮ ਜੀ? ਮੇਰਾ ਨਾਮ ਰਜਨੀਸ਼ ਕੁਮਾਰ ਜੀ, ਮੈਂ ਜਲੋਟਿਆ ਮੱਲੇ ਦਾ ਵਾਸੀ ਹਾਂ। ਅਤੇ ਰਾਤੀ ਮੇਰਾ ਮੋਟਰਸਾਈਕਲ ਚੁੱਕ ਹੋ ਗਿਆ 10:37 ਤੇ। ਆਲਮੋਸਟ ਮੈਂ 10:15 ਹੀ ਆਇਆ ਵਾਂ, ਆ ਕੇ ਬਾਹਰ ਖੜਾ ਕੀਤਾ। ਮੇਰੀ ਐਕਟਿਵਾ ਵੀ ਬਾਹਰ ਹੀ ਖੜੀ ਸੀ, ਅਤੇ ਬੇਟੇ ਨੂੰ ਭੇਜਿਆ ਮੈਂ ਕੋਈ ਸਮਾਨ ਲੈਣ ਲਈ, ਅਤੇ ਉਹ ਨਿਕਲਿਆ ਵਾ 10:35 ਦੇ ਉਹ ਬਾਹਰ ਨਿਕਲਿਆ, ਅਤੇ 40 ਦੇ ਬਾਹਰ ਵਾਪਸ ਆਇਆ। ਅਤੇ ਮੈਨੂੰ ਆ ਕੇ ਕਹਿੰਦਾ, ਮੈਂ ਕਿਹਾ ਮੋਟਰਸਾਈਕਲ ਦਾ ਕਰਦੇ, ਕਹਿੰਦਾ ਪਾਪਾ ਮੋਟਰਸਾਈਕਲ ਤਾਂ ਬਾਹਰ ਹੈ ਹੀ ਨਹੀਂ। ਜਦੋਂ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਗਾਇਬ, ਸੀਸੀਟੀਵੀ ਕੈਮਰੇ ਖੋਲ੍ਹੇ ਦੇਖਿਆ ਵਾ, ਦੋ ਮੁੰਡੇ ਸੀਗੇ ਟੋਪੀ ਪਾਈ, ਇੱਕ ਨੇ ਟੋਪੀ ਪਾਈ ਸੀ, ਖੁਦ ਅਸੀਂ ਮੋਟਰਸਾਈਕਲ ਦੇ ਸੀ। ਪਹਿਲਾਂ ਸਿੱਧੇ ਲੰਘੇ ਆ, ਫਿਰ ਵਾਪਸ ਆਏ ਆ, ਅੱਗੇ ਹੋ ਕੇ ਫਿਰ ਵਾਪਸ ਆ ਗਏ, ਅਤੇ ਸਾਹਮਣੇ ਗਏ, ਸਾਹਮਣੇ ਘੁੰਮ ਗਿਆ ਕੋਰਨਰ 'ਤੇ ਲਗਾ ਕੇ ਮਾਇਨਾ ਦੇ ਘਰ ਦੇ ਬਾਹਰ। ਅਤੇ ਇੱਕ ਜਣਾ ਉਤਰਿਆ ਵਾ, ਜੇਬ 'ਚੋਂ ਚਾਬੀ ਕੱਢੀ ਆ, ਚਾਬੀ ਲਾਈ ਮੋਟਰਸਾਈਕਲ ਦੀ, ਅਤੇ ਲੈ ਕੇ ਤੱਤਰ ਹੋ ਗਿਆ। 2 ਮਿੰਟ ਦੇ ਵਿੱਚ ਉਹਨੇ ਗਾਇਬ ਕਰਤਾ ਮੋਟਰਸਾਈਕਲ। ਪਹਿਲਾਂ ਕੋਈ ਚਾਬੀ ਗਵਾਚੀ ਵਗੈਰਾ ਵੀ ਸੀ ਤੁਹਾਡੀ? ਨਹੀਂ 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 ਅਤੇ ਉਹਨਾਂ ਨੇ ਚੋਰ ਚਾਬੀ ਨਾਲ ਹੀ ਖੋਲ੍ਹਿਆ? ਚੋਰ ਚਾਬੀ ਨਾਲ ਹੀ ਖੋਲ੍ਹਿਆ ਜੀ। ਪੁਲਿਸ ਕੋਲ ਗਏ ਸੀ, ਅਸੀਂ ਰਿਪੋਰਟ ਕਰਾਏ, ਰਿਪੋਰਟ ਲਿਖਾ ਆਏ ਸੀਗੇ ਰਾਤੀ ਜਾ ਕੇ। ਕੀ ਨੰਬਰ ਸੀ ਮੋਟਰਸਾਈਕਲ? PB08DW1186 ਨੰਬਰ ਸੀ ਮੋਟਰਸਾਈਕਲ ਦਾ, ਸਪਲੈਂਡਰ ਸਿਲਵਰ ਕਲਰ ਦਾ, 2017 ਮਾਡਲ ਸੀ। ਪੁਲਿਸ ਤੋਂ ਕੀ ਮੰਗ ਕਰਦੇ? ਬਸ ਸਾਨੂੰ ਸਾਡਾ ਮੋਟਰਸਾਈਕਲ ਦਵਾ ਦੇਣ, ਹੋਰ ਕੀ ਮੰਗ ਕਰਨੀ ਹੈ ਜੀ? ਕਿਸੇ ਤੇ ਸ਼ੱਕ ਵਗੈਰਾ ਨਹੀਂ ਭਾਅ ਜੀ? ਇੱਦਾਂ ਹੁਣ ਕੁਛ ਕੋਈ ਸ਼ੱਕ ਨਹੀਂ ਹੈਗਾ। ਮੇਰੇ ਮੋਟਰਸਾਈਕਲ ਦੀ ਮੂਹਰੇ ਉੱਤੇ ਡੈਸ਼ਬੋਰਡ 'ਤੇ 46 ਨੰਬਰ ਲਾਲ ਰੰਗ ਨਾਲ ਲਿਖਿਆ ਹੋਇਆ ਵੱਡਾ ਜਿਹਾ ਕਰਕੇ। ਕਾਗਜ਼ ਵਗੈਰਾ ਮੋਟਰਸਾਈਕਲ ਵਿੱਚੇ ਹੀ ਸੀ ਭਾਅ ਜੀ, ਸਭ ਕੁਛ ਵਿੱਚੇ ਹੀ ਸੀ। ਅਤੇ ਜਿਹੜੀ ਚਾਬੀ ਸੀਗੀ ਉਹ ਤੁਹਾਡੇ ਕੋਲ ਰਹਿ? ਹਾਂ, ਚਾਬੀ ਮੇਰੇ ਕੋਲ ਆ, ਦੇਖੋ ਕੋਈ ਚਾਬੀ ਤਾਂ ਮੇਰੀ ਜੇਬ 'ਚ ਸੀ। ਮੈਂ ਕਿਹਾ ਲੈ ਫਟ ਚਾਬੀ ਮੋਟਰਸਾਈਕਲ ਦੇ ਘਰ 'ਤੇ, ਕਹਿੰਦਾ ਮੋਟਰਸਾਈਕਲ ਤਾਂ ਬਾਹਰ ਹੈ ਹੀ ਨਹੀਂ। ਮੈਂ ਕਿਹਾ ਚਾਬੀ ਮੇਰੇ ਕੋਲ, ਮੋਟਰਸਾਈਕਲ ਕਿੱਦਾਂ ਨਹੀਂ ਹੈਗਾ? ਮੈਂ ਬਾਹਰ ਆ ਕੇ ਦੇਖਿਆ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਕਿ ਮੋਟਰਸਾਈਕਲ ਗਾਇਬ। ਠੀਕ, ਕੋਈ ਹਾਲ ਨਹੀਂ ਰਹਿ ਗਿਆ ਹੁਣ ਹੈ। ਦੇਖੋ ਮੁਹੱਲੇ ਦੇ ਵਿੱਚ ਵੀ ਸੇਫ ਨਹੀਂ ਹੈ, ਅਸੀਂ ਬਾਹਰ ਤਾਂ ਚਲੋ ਸੇਫ ਕੀ ਅਸੀਂ ਲੱਭਦੇ ਇੱਕ ਦੂਸਰੇ ਨੂੰ, ਪਰ ਅਸੀਂ ਹੁਣ ਮੁਹੱਲਿਆਂ ਵਿੱਚ ਵੀ ਸੇਫ ਨਹੀਂ ਹੈ ਇਸ ਵੇਲੇ। ਕੋਈ ਪੁਲਿਸ ਨੂੰ ਬਹੁਤ ਚੰਗੀ ਤਰ੍ਹਾਂ ਇਸ ਬਾਰੇ ਸੋਚਣਾ ਪੈਣਾ ਕਿ ਹਾਲਾਤ ਜੋ ਬਣ ਰਹੇ ਆ, ਗਸ਼ਤ ਵਧਾਉਣੀ ਚਾਹੀਦੀ। ਹਾਂ ਬਿਲਕੁਲ ਜੀ, ਬਿਲਕੁਲ, ਜੋ ਹਾਲਾਤ ਇਸ ਵੇਲੇ ਬਣ ਰਹੇ ਆ ਸਰ, ਤੁਸੀਂ ਆਪ ਦੇਖ ਲਓ, 2 ਮਿੰਟ ਲਾਏ ਆ ਉਹਨਾਂ ਨੇ, ਜਰਾ ਉਹਨਾਂ ਦੇ ਅੰਦਰ ਡਰ ਖੌਫ ਨਹੀਂ ਹੈ ਕਿ ਕੋਈ ਚੀਜ਼ ਚੱਕਣੀ ਆ, ਘਰ ਦੇ ਬਾਹਰੋਂ ਚੱਕਣ ਲੱਗੇ ਆ, ਜੇ ਗਲੀ ਵੀ ਨਹੀਂ ਅੱਗੋਂ ਚੱਲਦੀ, ਗਲੀ ਬੰਦ ਆ, ਜਾਵੇ ਹੋਵੇ ਅੱਗੇ ਲੰਘਦੇ ਹੋਏ ਉਹਨੂੰ ਦੇਖ ਕੇ ਲੰਘੇ ਮੋਟਰਸਾਈਕਲ ਖੜਾ, ਉੱਥੋਂ ਉਹਨਾਂ ਨੇ ਨਿਗਾਹ ਰੱਖੀ ਆ, ਵਿੱਚੋਂ ਕੱਢ ਕੇ ਲੈ ਗਏ।